بسم اللہ الرحمن الرحیم میں رونا ملتے اج تبلوگ کرنے سٹارٹ ہے میرے نال ایدر ریحان تے اسی اج چلیں پاسرور این ول ادیل ایدر مون جی پہنچ گیا پٹرول پمپ تے ایتھوں پٹرول پوان لگے ہیں دیل تے کہندا پاسی کہ 5000 دی پوالے لیکن 550 کا پاواں گے ਐ ਜੀ ਤੁਸੀਂ ਦੇਖ ਸਕਦੇ ਹੋ ਪੈਟਰੋਲ ਦੀ ਤਰਫ ਕਿ ਪੈਟਰੋਲ ਦਾ ਰੇਟ ਕੀ ਚੱਲ ਰਿਹਾ ਹੈ ਤੇ ਹੁਣ ਬੰਦਾ ਪਾ ਰਿਹਾ ਪੈਟਰੋਲ ਹੈ ਫਿਰ ਟੈਂਕੀ ਫੁੱਲ ਕਰਾ ਕੇ ਤੇ ਅਸੀਂ ਚੱਲਨੇ ਆਂ ਦੇਖ ਸਕਦੇ ਹੋ ਮੀਟਰ ਦੀ ਤਰਫ ਮੀਟਰ ਦੀ ਸਪੀਡ ਚੈੱਕ ਕਰੋ 226 ਰੁਪਈਆ ਪਰ ਲੀਟਰ ਪੈਟਰੋਲ ਹੈ ਇਹ ਬਾਕੀ ਹੁਣ ਫਿਰ ਪੈਟਰੋਲ ਸਟੋਲ ਪਵਾ ਲਿਆ ਹੁਣ ਅਸੀਂ ਪਸਰੋਰ ਦੀ ਤਰਫ ਰਵਾਨਾ ਹੋ ਗਏ ਆ ਇਹ ਨਾਲ ਮੇਰਾ ਦਿਲ ਰਿਹਾਨ ਤੇ ਦੋਸਤ ਨੇ ਐ ਜੀ ਤੁਸੀਂ ਦੇਖ ਸਕਦੇ ਹੋ ਅਸੀਂ ਫਲੋਰੇ ਪਹੁੰਚ ਗਏ ਆ ਤੇ ਇਹ ਤੁਹਾਨੂੰ ਦਿਖਾਣੇ ਆ ਇੱਥੇ ਟੈਂਕ ਜਿਹੜਾ 1945 ਚ ਲੱਗਾ ਸੀ ਜੰਗੋ ਹੀ ਹਿੰਦਿਆ ਦੀ ਤੇ ਆਓ ਫਿਰ ਅੱਗੇ ਚੱਲੀਏ ਇਹ ਹੁਣ ਜੀ ਅਸੀਂ ਪਸਰੂਰ ਕਚਾਰੀ ਪਹੁੰਚ ਗਏ ਆ ਤੇ ਇਹ ਤੇ ਜਮਲ ਤੇ ﻋਦੀਲ ਤੇ ਰਿਹਾਨ ਸਾਹਿਬ ਬੈਠੇ ਹੋਏ ਨੇ ਇੱਕ ਬੰਦੇ ਕੋ ਆਪਣਾ ਕੰਮ ਕਰਾ ਰਹੇ ਨੇ ﻋਦੀਲ ਦਾ ਜ਼ਰਾ ਮਸਲਾ ਹੀ ਨੇ ਡੇਟ ਆਫ ਬਰਥ ਦਾ ਤੇ ਉਹ ਫਿਰ ਹੈਂਡਲ ਕਰਨ ਲੱਗੇ ਆ ਤੇ ਫੇਖੋ ਫਿਰ ਗੱਡੀਆਂ ਦਾ ਰਿਵਿਊ ਕੈਸਾ ਆ ਰਿਹਾ ਹੈ ਇਹ ਹੁਣ ਅਸੀਂ ਜਾ ਰਹੇ ਆ ਜੀ ਕੇ ਵਾਈ ਰੈਸਟੋਰੈਂਟ ਆ ਸ਼ਾਹ ਜ਼ੇਬ ਦੇ ਮਾਮੇ ਦਾ ਤੇ ਉਤਰ ਜਾ ਰਹੇ ਆ ਤੇ ਉਥੇ ਜਾ ਕੇ ਤੁਹਾਨੂੰ ਰੈਸਟੋਰੈਂਟ ਦਿਖਾਣੇ ਆ ਵਾਵਾ ਹੀ ਚਲਦਾ ਉਹ ਬੜਾ ਖੂਬਸੂਰਤ ਹੈ ਤੇ ਉਥੇ ਜਾਇਕਦੇ ਆ ਜਾ ਕੇ ਦਿਖਾਣੇ ਆ ਤੁਹਾਨੂੰ ਐਨ ਆ ਰਿਹਾਨ ਤੇ ਅਦੀਲ ਬੜਾ ਇੰਜੋਏ ਕਰ ਰਹੇ ਨੇ ਬਹੁਤ ਹੀ ਖੁਸ਼ ਨੇ ਤੇ ਉਥੇ ਜਾ ਕੇ ਤੁਹਾਨੂੰ ਦਿਖਾਣੇ ਆ ਮਾਸ਼ਾਅੱਲਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਰੈਸਟੋਰੈਂਟ ਤੇ ਅਸੀਂ ਪਹੁੰਚ ਗਏ ਆ ਤੇ ਬੜਾ ਹੀ ਹਸੀਨ منظر ਨਜ਼ਰ ਆ ਰਿਹਾ ਥੇ ਆ ਦੇਖੋ ਰਿਹਾਨ ਤੇ ਦੀਲ ਬੜਾ ਇੰਜੋਏ ਕਰ ਰਹੇ ਨੇ ਤੇ ਚਲੋ ਫਿਰ ਚੱਲੀਏ ਵਾਪਸ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਇੱਥੇ ਫਿਰ ਅਸੀਂ ਇੰਨੀ ਦੇਰ ਨਹੀਂ گزار ਸਕਦੇ ਲੋ ਜੀ ਆ ਤੁਸੀਂ ਦੇਖ ਸਕਦੇ ਹੋ ਅਸੀਂ ਪਸਰੂਰਾ ਮੰਚੋਕ ਪਹੁੰਚ ਗਏ ਆ ਤੇ ਦੀਲਾ ਜੀ ਗੱਡੀ ਸਲੋ ਕਰੋ ਹੇ ਲਾਈ ਦੀ ਐਲ ਵੀ ਕਾਣਾ ਪੜੀ ਲਿਆਂਦੇ ਵੋ ਇੱਕ ਤਾਂ ਤੁਸੀਂ ਗੱਡੀ 60 ਦੀ ਸਪੀਡ ਤੋਂ ਥੱਲੇ ਲਿਆਂਦੇ ਤੇ ਪਾ ਜੀ ਅਸੀਂ ਇੱਲ ਤੋਂ ਅੱਗੇ ਨੰਗਾ ਆਇਆ ਤੇ ਅਜੇ ਵਨ ਫੜਕ ਤੇ ਪਹੁੰਚ ਗਏ ਆ ਅਸੀਂ ਵਟਰੀ ਦੇਖ ਸਕਦੇ ਹੋ ਜਿੱਥੇ ਟ੍ਰੇਨ ਗੁਜ਼ਰਦੀ ਹੈ ਤੇ ਨਾਲ ਤਰੇਆ ਰਾਵੀ ਜਾ ਰਿਹਾ ਹੈ ਮਾਸ਼ਾਅੱਲਾ ਜੀ ਆ ਦੇਖੋ ਫਾਰਚੂਨਰ ਇਹ ਜੀ ਬਰਾਤ ਆ ਰਹੀ ਹੈ ਤੇ ਸਾਡੀ ਆਪੋਜ਼ਿਟ ਡਾਇਰੈਕਸ਼ਨ ਤੇ ਆ ਰਹੀ ਆ ਤੇ ਢੀਲ ਦਾ ਦੇਖ ਕੇ ਤੇ ਕੋਈ ਦਿਲ ਬਦਲ ਗਿਆ ਤਾਂ ਹੀ ਕਹਿੰਦਾ ਪੈ ਹੀ ਕਿ ਜਾ ਕੇ ਤੇ ਪੈਸੇ ਲੁੱਟੀਏ ਤੇ ਮੈਂ ਕਹਿੰਦਾ ਨਹੀਂ ਯਾਰ ਲੇਟ ਬੜੇ ਹੋ ਗਏ ਨੇ ਤੇ ਚੱਲੀਏ ਘਰ ਤੇ ਢੀਲ ਦਾ ਤੇ ਪੂਰਾ ਦਿਲ ਕਰ ਪਿਆ ਤਾਂ ਹੀ ਕਿ ਪੈਸੇ ਫੜੀਏ ਜਾ ਕੇ ਇਹਨੂੰ ਪਿੰਡੋਂ ਆਤਾ ਪਈ ਦੀਆਂ ਨੇ ਜਿਹੜੀਆਂ ਇਹ ਨਹੀਂ ਮੁਕਦੀਆਂ ਠੀਕ ਹੈ ਤੇ ਬਾਕੀ ਹੁਣ ਅਸੀਂ ਅੱਗੇ ਨੰਗ ਆਇਆ ਬੜੀ ਮੁਸ਼ਕਿਲ ਨੂੰ ਅੱਗੇ ਲਿਆਂਦਾ ਅੜਪੇ ਦਾ ਹੀ ਉੱਥੇ ਗੱਡੀ ਵੀ ਅਸਲ ਚਾਈ ਚਲਾ ਰਿਆ ਨਾ ਤੇ ਵੇਖੋ ਜਿਆ ਤੁਸੀਂ ਕਿ ਦੋਸਤ ਮੇਰਾ ਕਿੱਡਾ ਚਵਲ ਹੈ ਅੜਪੇ ਦਾ ਹੁਣ ਅਸੀਂ ਚਬਾਰੇ ਪਹੁੰਚ ਗਏ ਇੱਕ ਹੋਟਲ ਤੇ ਉੱਥੋਂ ਦੀ ਲਾਜੀ ਕਹਿ ਰਹੇ ਨੇ ਕਿ ਤੁਹਾਨੂੰ ਕਰਾਚੀ ਵਾਲਿਆਂ ਦੀ ਬਰੀਆਨੀ ਖਲਾਨੀ ਹੈ ਠੀਕ ਹੈ ਤੇ ਇਹ ਦੇਖੋ ਫਿਰ ਅੰਦਰ ਬੈਠ ਗਏ ਤੇ ਬਰੀਆਨੀ ਆ ਗਈ ਹੈ ਤੇ ਬਾਕੀ ਹੁਣ ਫਿਰ ਖਾਣ ਲੱਗੇ ਆ ਇਹ ਰਿਹਾਨ ਭਾਈ ਨੇ ਤੇ ਅਦਿਲ ਭਾਈ ਦੇਖੋ ਕਿਵੇਂ ਚਮਚ ਮੂੰਹ ਤੇ ਪਾ ਰਹੇ ਆ ਜਿਵੇਂ ਇਹਨਾਂ ਨੇ ਆਪਣੀ ਖਾ ਕੇ ਤੇ ਸਾਡੇ ਹੱਲ ਵੀ ਆਣਾ ਪਾਜੀ ਖਾਦੀ ਤੇ ਆਪਣੀ ਆਪਣੀ ਗੇ ਜਾਣੀਆਂ ਲੇਕਿਨ ਇਹ ਚਵਲ ਹਰ ਜਗ੍ਹਾ ਤੇ ਮਾਰਦਾ